ਦਿੱਤਾ, ਇਹਨਾਂ ਨੂੰ ਕਿਆਮਤ ਦੇ ਦਿਨ ਵਾਦੀਏ ਗਈ ਚ ਸੁੱਟਿਆ ਜਾਏਗਾ। ਵਾਦੀਏ ਗਈ ਕਿਹੜੀ ਏ? ਜਿੱਥੇ ਜਹਨਵੀਆਂ ਦਾ ਗੰਦਾ ਪੀਪ ਤੇ ਰੇਸ਼ਾ ਜਮ੍ਹਾਂ ਹੋਣਾ, ਜਹਨਵੀਆਂ ਦਾ ਗੰਦ ਜਮ੍ਹਾਂ ਹੋਏਗਾ। ਉਹ ਵਾਦੀਏ ਗਈ ਚ ਪੱਥਰ 70 ਸਾਲ ਤੱਕ ਅੱਗੇ ਜਾਂਦਾ ਰਿਹਾ, ਲੇਕਿਨ ਉਹਦੀ ਗਹਿਰਾਈ ਨੂੰ ਨਹੀਂ ਪਾ ਸਕਿਆ। ਜਿਹੜੇ ਨਮਾਜ਼ਾਂ ਨੂੰ ਦੁਨੀਆਂ ਦੇ ਕੰਮਾਂ ਦੇ ਪਿੱਛੇ ਲੱਗ ਕੇ ਜ਼ਾਇਆ ਕਰ ਦਿੰਦੇ ਨੇ, ਹੁਣੇ ਪੜ੍ਹ ਲੈਂਦੇ ਆ, ਹੁਣੇ ਹੀ ਪੜ੍ਹ ਲੈਂਦੇ ਆ। ਮੇਰੇ ਪੈਗੰਬਰ ਦਾ ਇੱਕ ਸਿਹਾਬੀ ਏ, ਉਹ ਲੋਹੇ ਦੇ ਉਜ਼ਾਰ ਬਣਾਉਂਦਾ, ਉਹਨੇ ਲੋਹਾ ਗਰਮ ਕਰਕੇ ਸੁਰਖ ਕਰਕੇ ਅੱਗੇ ਰੱਖਿਆ, ਇਸ ਤਰ੍ਹਾਂ ਥੌੜਾ ਚੁੱਕਿਆ ਉਸ ਲੋਹੇ ਤੇ ਮਰਨ ਵਾਸਤੇ। ਉਧਰੋਂ ਆਵਾਜ਼ ਆਈ, ਅੱਲਾਹੁ ਅਕਬਰ, ਅੱਲਾਹੁ ਅਕਬਰ। ਆਵਾਜ਼ ਆਉਂਦੀ ਏ, ਥੌੜਾ ਪਿੱਛੇ ਹੀ ਸੁੱਟ ਦਿੰਦਾ। ਨਾਲ ਸਿਹਾਬੀ ਬੈਠਾ, ਆਂਦਾ ਚੁੱਕਿਆ ਸੀ ਮਾਰ ਲੈਣਾ ਸਹੀ, ਤੇ ਉਹ ਸਿਹਾਬੀ ਨੇ ਜਿਹੜਾ ਜਵਾਬ ਦਿੱਤਾ ਕਮਾਲ ਕਰ ਦਿੱਤੀ ਏ। ਕਾਸ਼ ਕਿ ਇਹ ਸਾਡੇ ਜ਼ਿਹਨ ਚ ਵੀ ਗੱਲ ਜਿਹੜੀ ਏ ਅੱਜ ਪੁਖਤਾ ਹੋ ਜਾਏ। ਸਿਹਾਬੀ ਆਂਦਾ, ਮੈਂ ਥੌੜਾ ਤੇ ਚੁੱਕਿਆ ਸੀ, ਮਾਰਨ ਲੱਗਾ ਸਾਂ, ਲੇਕਿਨ ਉਧਰ ਆਵਾਜ਼ ਆਈ ਅੱਲਾਹੁ ਅਕਬਰ, ਅੱਲਾ ਸਭ ਤੋਂ ਵੱਡਾ। ਅਗਰ ਮੈਂ ਥੌੜਾ ਮਾਰ ਦਿੰਦਾ, ਥੌੜਾ ਵੱਡਾ ਸੀ, ਫਿਰ ਰੱਬ ਵੱਡਾ ਨਹੀਂ ਸੀ। ਤੇ ਹੁਣ ਅਸੀਂ ਕੀ, ਦੁਕਾਨਾਂ ਖੁੱਲੀਆਂ ਨੇ, ਕਾਰੋਬਾਰ ਖੁੱਲ੍ਹੇ ਨੇ, ਅਜ਼ਾਨ ਹੋਣ ਡਈ, ਸਾਨੂੰ ਕਦੀ ਫਿਕਰ ਹੋਇਆ? ਸਈਦ ਬਿਨ ਮੁਸੈਬ ਕਬਾਇਰ ਤਾਬੀ ਗੁਜ਼ਰੇ ਨੇ, ਆਂਦੇ ਨੇ 40 ਸਾਲਾਂ 'ਚ ਇੱਕ ਤਕਬੀਰ ਉਲਾ ਮੇਰੀ ਰਹੀ ਹੈ ਬਸ। ਉਦਣ ਮੇਰੀ ਮਾਂ ਫੌਤ ਹੋ ਗਈ, ਮੈਂ ਉਹਨਾਂ ਨੂੰ ਨਾ ਤਦਫੀਨੋ ਤਕਫੀਨ ਦੇ ਅੰਦਰ ਲੱਗਾ ਰਿਹਾ, ਮਾਂ ਨੂੰ ਦਫਨਾਉਂਦਾ ਰਿਹਾ, ਤੇ ਅਸਰ ਦੀ ਨਮਾਜ਼ ਦੀ ਤਕਬੀਰ ਉਲਾ ਗਈ ਹੈ, ਨਮਾਜ਼ ਨਹੀਂ ਰਹੀ। ਵਰਨਾ ਕਦੀ ਐਸਾ ਨਹੀਂ ਹੋਇਆ ਕਿ 40 ਸਾਲ ਦੇ ਅੰਦਰ ਮੁਅੱਜ਼ਨ ਨੇ ਅਜ਼ਾਨ ਕਹੀ ਹੋਏ, ਸਈਦ ਬਿਨ ਮੁਸੈਬ ਪਹਿਲੇ ਮਸਜਿਦ ਦੇ ਵਿੱਚ ਨਾ ਹੋਏ। ਅਸੀਂ ਕਾਹਦੇ ਨਮਾਜ਼ੀ ਹਾਂ ਯਾਰ, ਅਸੀਂ ਕੋਈ ਨਮਾਜ਼ੀ ਨਹੀਂ, ਅਸੀਂ ਤੇ ਮਰਜ਼ੀ ਨੂੰ ਪੜ੍ਹਨੇ ਆ ਨਮਾਜ਼, ਸ਼ੌਕ ਸ਼ੌਕ ਨਾਲ ਨਹੀਂ ਪੜ੍ਹਦੇ। ਅੱਲਾਹੁ ਅਕਬਰ। ਮੇਰੇ ਭਾਈਓ, ਦੁਨੀਆਂ ਦੀ ਖਾਹਸ਼ਾਤ ਦੇ ਪਿੱਛੇ ਜਿਹਨੇ ਨਮਾਜ਼ਾਂ ਨੂੰ ਜ਼ਾਇਆ ਕੀਤਾ, ਤੇ ਅੱਲਾਹ ਨੇ ਮੈਂ ਉਹਨਾਂ ਨੂੰ ਕਿੱਥੇ ਸੁੱਟਾਂਗਾ? ਵਾਦੀਏ ਗਈ ਚ, ਤੇ ਜਿਹੜੇ ਪੜ੍ਹਦੇ ਹੀ ਨਹੀਂ, ਬੋਲੋ ਨਾ, ਜਿਹੜੇ ਪੜ੍ਹਦੇ ਹੀ ਨਹੀਂ। ਅੱਗੇ ਚੱਲ ਕੇ ਮੈਂ ਥੋੜ੍ਹਾ ਜਿਹਾ ਬਿਆਨ ਕਰਨਾ, ਗਰਮੀ ਸ਼ਿੱਦਤ ਦੀ ਹੈ, ਮੈਂ ਜ਼ਿਆਦਾ ਤਵਾਲਤ ਨਹੀਂ ਦੇਣਾ ਚਾਹੁੰਦਾ। ਆਈਏ ਜ਼ਰਾ ਗੌਰ ਕੀਜੀਏ, ਕਦੀ ਗੌਰ ਕੀਤਾ? ਬੰਦੇ ਆ ਤੂੰ ਆਪਣੀ ਔਕਾਤ ਨੂੰ ਪਛਾਣ ਲੈ, ਕਬਰ ਵਾਲੀ ਉਸ ਕਾਲੀ ਰਾਤ ਨੂੰ ਪਛਾਣ ਲੈ। ਬੰਦੇ ਆ ਤੂੰ ਆਪਣੀ ਜਿੰਨਾ ਨਾਲ ਟੁਰਦਾ ਸੈ, ਤੂੰ ਇੱਕ ਤਨ ਕੇ ਅੱਜ ਕਬਰਾਂ ਨੂੰ ਲੈ ਚੱਲੇ, ਤੈਨੂੰ ਜਾਂ ਜੀਵਨ ਕੇ ਉੱਠ ਜ਼ਰਾ ਲਾੜਿਆ, ਐ ਬਰਾਤ ਨੂੰ ਪਛਾਣ ਲੈ। ਕੋ ਸਮਝ ਆਉਣ ਡਈ ਜੇ ਕੋਈ? ਬੋਲ ਤੇ ਛੱਡੋ, ਕੀ ਗੱਲ, ਸਰਦੀ ਨਹੀਂ ਗਰਮੀ? ਅੱਲਾਹੁ ਅਕਬਰ। ਜਿਨ੍ਹਾਂ ਬੱਚਿਆਂ ਵਾਸਤੇ ਹਲਾਲ ਹਰਾਮ, ਰਿਸ਼ਤੇਦਾਰ ਅਜ਼ੀਜ਼ੋ ਅਕਾਰਬ ਜਿੰਨੇ ਵੀ ਨੇ ਸਾਡੇ, ਅਜ਼ੀਜ਼ੋ ਅਕਾਰਬ ਯਾਰਾਂ ਵਾਸਤੇ ਬੰਦਾ ਕੀ ਨਹੀਂ ਕਰਦਾ, ਇਹਨਾਂ ਦੀ ਵਫਾ ਕੀ ਹੈ? ਲਾ ਕੇ ਹੁਦਾਰ ਤੇਰਾ ਐ ਯਾਰ ਤੇਰੇ ਚੱਲੇ ਨੀ, ਮਿੱਟੀ ਦੀਆਂ ਬੁੱਕਾਂ ਤੇਰੇ ਮੂੰਹ ਤੇ ਮਾਰ ਚੱਲੇ ਨੀ, ਤੇਰੀ ਇਹ ਔਕਾਤ ਔਕਾਤ ਨੂੰ ਪਛਾਣ ਲੈ।
ਅੱਲਾਹੁ ਅਕਬਰ ਕਬੀਰਾ ਗੱਲ ਬੜੀ ਬਾ ਕਮਾਲ ਜੇ ਅੱਗੇ ਤਵੱਜੋ ਗੱਲ ਬੜੀ ਬੇਮਿਸਾਲ ਅੱਲਾ ਤੇਰੇ ਪਿੱਛੋਂ ਔਲਾਦ ਤੇਰੀ ਪਾਣੀਆਂ ਨੇ ਫੰਡੀਆਂ ਮਾਲ ਤੇਰੇ ਦੀਆਂ ਸਿਰ ਪੈਣੀਆਂ ਨੇ ਵੰਡੀਆਂ ਕਫਨ ਦੀ ਚਿੱਟੀ ਜਈ ਸੁਗਾਤ ਨੂੰ ਪਹਿਚਾਨ ਲੈ ਉਹ ਜਿਹੜਾ ਮਾਲ ਇਕੱਠਾ ਕਰਦੇ ਹੋ ਪਤਾ ਹੈ ਜਿਹਦੇ ਚੋਂ ਕਫਨ ਵੀ ਲੱਭਣਾ ਜੇ ਕਿ ਨਹੀਂ ਬੋਲਦੇ ਨੇ ਨਹੀਂ ਤੇ ਵੇਖ ਲਓ ਜ਼ਿਆਉਲ ਹੱਕ ਦੁਨੀਆਂ ਤੋਂ ਗਿਆ ਉੱਤੇ ਬੰਬ ਫਟਿਆ ਅਰੈਸਟ ਹੋਇਆ ਲਾਸ਼ ਤੇ ਟੁਕਰੇ ਹੋ ਗਏ ਨਾ ਕਫਨ ਮਿਲਿਆ ਨਾ ਕਬਰ ਮਿਲੀ ਅਜੇ ਹੁਕਮਰਾਨ ਸੀ ਸਦਰ ਸੀ ਜਰਨੈਲ ਸੀ ਕਫਨ ਚ ਵੀ ਸ਼ੱਕ ਕੇ ਕਬਰ ਚ ਵੀ ਸ਼ੱਕ ਕੇ ਮੌਤ ਬਰਹਾ ਕੇ ਮੌਤ ਆਉਣੀ ਆਉਣੀ ਕਫਨ ਨਸੀਬਾਂ ਨਾ ਮਿਲਦੇ ਨੇ ਕਫਨ ਵੀ ਨਸੀਬਾਂ ਨਾ ਮਿਲਦਾ ਤੇਰੇ ਪਿੱਛੋਂ ਤੈਨੂੰ ਕਿਸੇ ਯਾਦ ਵੀ ਨਹੀਂ ਕਰਨਾ ਤੇਰੀ ਆਈ ਦੋਸਤਾ ਫਿਰ ਕਿਸੇ ਵੀ ਨਹੀਂ ਮਰਨਾ ਮੌਤ ਦੀ ਅਨੋਖੀ ਜਈ ਐ ਵਾਰਦਾਤ ਨੂੰ ਪਹਿਚਾਨ ਲੈ ਦੁਨੀਆ ਤੋਂ ਬਾਬਾ ਮਰ ਗਿਆ ਪੁੱਤਰ ਆਉਂਦੇ ਨੇ ਬਾਬੇ ਹੋਰਾਂ ਦੀ ਘੜੀ ਲਾ ਲਵੋ ਬਾਬੇ ਹੋਰਾਂ ਦੇ ਕੱਪੜੇ ਉਤਾਰ ਲਵੋ ਅੱਜ ਉਵੇਂ ਨਹੀਂ ਲੈਂਦੇ ਤੇ ਕੈਂਚੀਆਂ ਨਾਲ ਕੱਟ ਕੇ ਹੀ ਲਾ ਲਵੋ ਇਹਨਾਂ ਕੱਪੜੇ ਕੈਂਚੀਆਂ ਨਾਲ ਕੱਟ ਕੇ ਲਾ ਲੈਣੇ ਨੇ ਇਹ ਨਹੀਂ ਵੇਖਣਾ ਇਹਦਾ ਸੂਟ ਜਿਹੜਾ ਬੋਸਕੀ ਦਾ ਇਹਦਾ ਸੂਟ ਲੱਠੇ ਦਾ ਇਹਦਾ ਸੂਟ ਜਿਹੜਾ ਬੜਾ ਕੀਮਤੀ ਹੈ ਇਹਨਾਂ ਲਾ ਲੈਣੇ ਨੇ ਫਿਰ ਦੇ ਕੇ ਗੁਸਲ ਗਲ ਵਿੱਚ ਕਫਨੀ ਚਾ ਪਾਈ ਆ ਲੈ ਓਏ ਵੀਰਾ ਤੇਰੀ ਇਹੋ ਹੀ ਕਮਾਈ ਆ ਦੋ ਗੱਲ ਕੱਪੜਾ ਤੇਰੀ ਕਮਾਈ ਹੈ ਜਦੋਂ ਮਾਂ ਦੀ ਹਨੇਰ ਕੋਠੀ ਚੋਂ ਦੁਨੀਆ ਤੇ ਆਇਆ ਲੱਕੋ ਗਲੋ ਨੰਗਾ ਤੇ ਹੱਥੋਂ ਪੈਰੋਂ ਬੋਲੋ ਤੇ ਸਹੀ ਨਾ ਹੁਣ ਹੱਥੋਂ ਪੈਰੋਂ ਤੇ ਹੰਦੇ ਕਬਰ ਦੀ ਹਨੇਰ ਕੋਠੀ ਚ ਜਾਣਾ ਹੀ ਹੱਥੋਂ ਪੈਰੋਂ ਖਾਲੀ ਤੇ ਲੱਕੋ ਗਲੋ ਬੋਲੋ ਹੁਣ ਤੇ ਕਾਹਦਾ ਹਨੇਰਾ ਚੁੱਕਿਆ ਆਏ ਵੀ ਖਾਲੀ ਤੇ ਜਾਣਾ ਵੀ ਤੇ ਆਂਦਾ ਕੀ ਹੈ ਇੰਨੇ ਮਰੱਬੇ ਦਾ ਮੈਂ ਮਾਲਕ ਹਾਂ ਇੰਨੇ ਏਕੜ ਮੇਰੀ ਜ਼ਮੀਨ ਹੈ ਉਹ ਤੇਰੀ ਤੇ ਸਾਹ ਵੀ ਤੇਰੀ ਨੀ ਜਿਹੜੀ ਤੇਰੇ ਵਿੱਚੋਂ ਨਿਕਲਣ ਦੀ ਹੈ ਤੂੰ ਏਕੜਾਂ ਦੀ ਗੱਲ ਕਰਨਾ ਕੋਈ ਬੰਦਾ ਇਸ ਮਜਮੇ ਚ ਉੱਠ ਕੇ ਆਖਿਆ ਸਾਹ ਮੇਰੀ ਹੈ ਸਾਹ ਤੰਗ ਹੋ ਜਾਏ ਡਾਕਟਰ ਜਾਨ ਤੇ ਭਰ ਜਾਂਦੀ ਹੈ ਡਾਕਟਰ ਨੇ ਟੀਕਾ ਲਾਓ ਸਾਹ ਸੌਖੀ ਹੋ ਆ ਜਿਹੜੀ ਸਾਹ ਅੰਦਰੋਂ ਆ ਰਹੀ ਹੈ ਇਹ ਤੇਰੀ ਮੇਰੀ ਨਹੀਂ ਤੂੰ ਜ਼ਮੀਨਾਂ ਦੀ ਗੱਲ ਕਰਨਾ ਤੇ ਕਦੀ ਇਹ ਵੀ ਨਹੀਂ ਜੀ ਹੋਇਆ ਚੌਰੀ ਸਾਹਿਬ ਨੰਬਰਦਾਰ ਸਾਹਿਬ ਐਮ ਪੀ ਏ ਸਾਹਿਬ ਐਮ ਐਨ ਏ ਸਾਹਿਬ ਦੁਨੀਆਂ ਤੋਂ ਜਾਣ ਦੇਣੇ ਦੀ ਕਫਨ ਨੂੰ ਯਾਰ ਜੇਬ ਲਾ ਦਿਓ ਤਾਂ ਬੈਂਕ ਬੈਲੈਂਸ ਵਿੱਚ ਪਾ ਦਿਓ ਕਬਰ ਚ ਕੰਮ ਆਏਗਾ ਅੱਜ ਤੱਕ ਦੱਸੋ ਕਫਨ ਨੂੰ ਜੇਬ ਲੱਗਣਾ ਤੇ ਦੂਰ ਦੀ ਗੱਲ ਹੈ ਕਿਸੇ ਕਦੀ ਸਿਉਣ ਵੀ ਨਹੀਂ ਮਾਰੀ ਦਰਮਿਆਨ ਚੋਂ ਕੈਂਚੀ ਨੇ ਕੱਢਦੇ ਨੇ ਇੱਕ ਉੱਤੇ ਕੱਪੜਾ ਇੱਕ ਥੱਲੇ ਤੇ ਤਿੰਨ ਤਣੀਆਂ ਬੰਨਦੇ ਨੇ ਤੇ ਜਦੋਂ ਰੱਖਦੇ ਨੇ ਲਾਹ ਚੋਂ ਤਿੰਨ ਬਜੀਆਂ ਵੀ ਨਹੀਂ ਰਹਿਣ ਦਿੰਦੇ ਉਹ ਵੀ ਖੋਲ ਛੱਡਦੇ ਨੇ ਇਹ ਕਿੰਨਾ ਦਿਮਾਨ ਕਰਕੇ ਬੈਠਾ ਜਦੋਂ ਤੈਨੂੰ ਇਹਨਾਂ ਨਵਾਣਾ ਤੇਰੀ ਔਲਾਦ ਨੇ ਨਵਾਣਾ ਵੀ ਨਹੀਂ ਉਹ ਬੰਦਾ ਬੜਾ ਖੁਸ਼ ਨਸੀਬ ਹੈ ਜਿਹਦੇ ਪੁੱਤਰ ਉਹਨੂੰ ਗੁਸਲਦੇ ਆ ਉਹ ਬੰਦਾ ਬੜਾ ਖੁਸ਼ ਨਸੀਬ ਹੈ ਜਿਹਦਾ ਬੇਟਾ ਉਹਦਾ ਜਨਾਜ਼ਾ ਪੜਾਏ ਵਰਨਾ ਅਗਲੇ ਦਿਨ ਇੱਕ ਡਾਕਟਰ ਸਾਹਿਬ ਫੌਤ ਹੋਏ 4,000 ਰੁਪਈਆ ਉਹਨਾਂ ਦੀ ਫੀਸ ਚੈੱਕ ਕਰਨ ਦੀ ਬੇਟਾ ਵੀ MBBS ਡਾਕਟਰ ਪਿਓ ਦੀ ਮਈਅਤ ਪਈ ਹੈ ਤੇ ਪੁੱਤਰ ਆਂਦਾ ਅੱਬਾ ਦੁਨੀਆਂ ਦੀਆਂ ਡਿਗਰੀਆਂ ਦੇ ਕੇ ਤੁਰ ਗਿਆ ਜਨਾਜ਼ੇ ਦੀ ਦੁਆ ਯਾਦ ਹੀ ਨਹੀਂ ਕਰਾਈ ਹੁਣ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਜਨਾਜ਼ੇ ਦੀਆਂ ਦੁਆਵਾਂ ਆਉਂਦੀਆਂ ਨੇ ਇਸ ਮਜਮੇ ਚੋਂ ਅਗਰ ਮੈਂ ਪੁੱਛਾਂ ਰੱਬੇ ਕਿਬਰੀਆ ਦੀ ਕਸਮੇ 96-99% ਲੋਕ ਹੋਣੇ ਜਿਨ੍ਹਾਂ ਨੂੰ ਜਨਾਜ਼ੇ ਦੀ ਦੁਆ ਆਉਂਦੀ ਨੇ ਆ ਦੂਸਰੇ ਮਸਾਲਕ ਵਾਲੇ ਜਨਾਜ਼ਾ ਮਗਰੋਂ ਲਾ ਛੱਡਦੇ
ਅਸੀਂ ਤਾਂ ਅਲਹਮਦੁਲਿਲਾ ਦੁਆਵਾਂ ਪੜ੍ਹਨੇ ਹਾਂ, ਉਹ ਤਾਂ ਜਨਾਜ਼ਾ ਸਕਿੰਟਾਂ 'ਚ ਪੜਾਉਂਦੇ ਕਿਉਂਕਿ ਪਿੱਛੇ ਜੋ ਕਿਸੇ ਨੂੰ ਨਹੀਂ ਆਉਂਦਾ, ਮੌਲਵੀ ਨੂੰ ਵੀ ਨਹੀਂ ਆਉਂਦਾ ਜਿਹੜਾ ਚੁੱਪ ਕਰਕੇ ਪੜਾਉਂਦਾ, ਉਹਨੂੰ ਵੀ ਨਹੀਂ ਆਉਂਦਾ। ਵਰਨਾ ਨਬੀ ਪਾਕ ਨੇ ਇੱਕ ਸਿਹਾਬੀ ਦਾ ਜਨਾਜ਼ਾ ਪੜਾਇਆ, ਇੰਨੀਆਂ ਦੁਆਵਾਂ ਪੜੀਆਂ, ਇੰਨੀਆਂ ਦੁਆਵਾਂ ਪੜੀਆਂ। ਦੂਸਰਾ ਸਿਹਾਬੀ ਆਂਦਾ ਕਾਸ਼ ਇਹਦੀ ਜਗ੍ਹਾ ਤੇ ਅੱਜ ਮਈਅਤ ਮੇਰੀ ਹੁੰਦੀ। ਇਹ ਜਿਹੜਾ ਜਨਾਜ਼ਾ ਪੜ੍ਹਨ ਆਉਂਦੇ ਹੋ ਨਾ, ਇਹ ਹੱਕ ਅਦਾ ਕਰ ਤੁਸੀਂ। ਅਸੀਂ ਕਮ ਸੇ ਕਮ ਇਹ ਤੇ ਆਂਦਾ ਪਿੱਛੇ ਆਮੀ ਨਹੀਂ ਕਹੀ ਜਾਓ ਜੇ ਆਉਂਦਾ ਕੁਝ ਨਹੀਂ ਜੇ ਆਮੀ ਨਹੀਂ ਕਹੀ ਜਾਓ। ਮੇਰੇ ਭਾਈਓ, ਦੁਨੀਆ ਦੇ ਅੰਦਰ ਵਫਾ ਨਹੀਂ, ਦੁਨੀਆ ਤੋਂ ਜਾਣਾ ਹੀ ਜਾਣਾ, ਗੁਸਲ ਮਿਲ ਜਾਣਾ, ਐਲਾਨ ਹੋ ਜਾਣੇ ਨੇ, ਮਈਅਤ ਚੁੱਕ ਕੇ ਕਬਰਸਤਾਨ 'ਚ ਤੁਰ ਜਾਣੀ ਹੈ। ਆਓ ਆਖਰੀ ਬਾਤ ਕਰਾਂ, ਕਬਰ ਦੇ ਅੰਦਰ ਰੱਖ ਦਿੱਤਾ ਜਾਏਗਾ, ਪੁੱਛਿਆ ਜਾਏਗਾ ਮਨ ਰੱਬੋ ਕਾ ਤੇਰਾ ਰੱਬ ਕੌਣ ਹੈ। ਇਹ ਜਿਹੜਾ ਬੇਨਮਾਜ਼ੀ ਫਾਸਕ ਫਾਜਰ ਹੈ ਆਂਦਾ ਹਾ ਹਾ ਲਾਦਰੀ, ਮੈਨੂੰ ਨਹੀਂ ਪਤਾ ਰੱਬ ਕਿਹਨੂੰ ਆਂਦੇ ਨੇ। ਮਨ ਨਬੀਓ ਕਾ ਤੇਰਾ ਨਬੀ ਕੌਣ ਹੈ, ਆਂਦਾ ਹਾ ਹਾ ਲਾਦਰੀ, ਮੈਨੂੰ ਨਹੀਂ ਪਤਾ ਨਬੀ ਕਿਹਨੂੰ ਆਂਦੇ ਨੇ। ਮਾ ਦੀਨੋ ਕਾ ਤੇਰਾ ਦੀਨ ਕਿਹੜਾ, ਆਂਦਾ ਹਾ ਹਾ ਲਾਦਰੀ, ਮੈਨੂੰ ਨਹੀਂ ਪਤਾ ਦੀਨ ਕਿਹਨੂੰ ਆਂਦੇ ਨੇ। ਆਵਾਜ਼ ਆਉਂਦੀ ਏ ਫਾਫਰ ਅਨ ਕਜ਼ਬਾ ਅਬਦੀ, ਉਤੋਂ ਅੱਲਾ ਕਹਿ ਰਹੇ ਨੇ ਅਨ ਕਜ਼ਬਾ ਅਬਦੀ, ਮੇਰੇ ਬੰਦੇ ਨੇ ਝੂਠ ਬੋਲਿਆ। ਫਾਫਰੇ ਸ਼ੂਹ ਮਿਨਨ ਨਾਰ ਵਾਲ ਬੇਸੂਹ ਮਿਨਨ ਨਾਰ ਵਫਤਹੂ ਲਹੂ ਬਾਬਨ ਇਲਨ ਨਾਰ। ਫਰਮਾਇਆ ਦੀ ਕਬਰ 'ਚ ਬਿਸਤਰ ਵੀ ਅੱਗ ਦਾ ਲਾ ਦਿਓ, ਇਹਨੂੰ ਜਹੰਨਮ ਦੀ ਅੱਗ ਦਾ ਲਿਬਾਸ ਪਹਿਨਾ ਦਿਓ, ਜਹੰਨਮ ਦੀ ਅੱਗ ਦਾ ਦਰਵਾਜ਼ਾ ਇਹਦੀ ਕਬਰ 'ਚ ਖੋਲ ਦਿਓ। ਆਕਾ ਫਰਮਾਉਂਦੇ ਨੇ ਇਹਦੇ ਤੇ 99 ਸੱਪ, ਇੱਕ ਕੱਟ 100 ਮੁਸੱਲਤ ਕਰ ਦਿੱਤੇ ਜਾਂਦੇ ਨੇ, ਉਹ ਸੱਪ ਇੱਕ ਡੰਗ ਮਾਰੇਗਾ 40 ਸਾਲ ਤੱਕ ਉਹਦਾ ਜ਼ਹਿਰ ਹੀ ਨਹੀਂ ਜਾਏਗਾ। ਠੂਏ ਸੱਪ ਇੱਥੇ ਦੁਨੀਆਦਾਰੀ 'ਚ ਕੋਈ ਆਖੇ ਨਾ ਚੋਰੀ, ਕੋਈ ਯਾਰ ਆਖਿਆ ਤੇਰੀ ਬਿਸਤਰ 'ਤੇ ਮੈਂ ਡੇਮੂ ਵੇਖੇ, ਡੇਮੂ ਅਸੀਂ ਬਿਸਤਰ ਝਾੜਨੇ, ਮੰਜੀ ਚਾਹੋ ਕੀ ਹੋਇਆ ਜੀ, ਅਸੀਂ ਮੇਰਾ ਯਾਰਾਂ ਦਾ ਹੀ ਸਗੋਂ ਨਾ ਭੂਣ ਬੈਠਾ ਡੇਮੂ, ਇਹ ਕਾਮ ਬੰਦਾ ਕਿ ਡੇਮੂ ਬੈਠਾ, ਤੈਨੂੰ ਨੀਂਦਰ ਨਹੀਂ ਆਉਂਦੀ, ਬਿਸਤਰ ਝਾੜਨਾ। ਜਿਹੜਾ ਝੂਠ ਵੀ ਮਾਰ ਸਕਦਾ, ਮਜ਼ਾਕ ਵੀ ਕਰ ਸਕਦਾ, ਅਤੇ ਤੈਨੂੰ ਪੂਰੀ ਕਾਇਨਾਤ ਦਾ ਸਰਦਾਰ ਆਖੇ ਤੇਰੀ ਕਬਰ 'ਚ 99 ਸੱਪ ਹੋਣੇ ਨੇ, ਫਿਰ ਫਜਰ ਦੇ ਟਾਈਮ ਤੈਨੂੰ ਬਿਸਤਰ 'ਤੇ ਨੀਂਦਰ ਕਿਵੇਂ ਪੈਂਦੀ, ਕਿਵੇਂ ਤੇਰਾ ਦਿਲ ਕਰਦਾ ਸੌਣ ਦੇ। ਦੁਨੀਆ ਦਾ ਫਾਸਕ ਤਰੀਨ ਬੰਦਾ ਉਹ ਹੈ ਜਿਹਦੀ ਫਜਰ ਬਿਸਤਰ ਤੇ ਰਹਿ ਜਾਏ, ਇਹਦੇ ਵਰਗਾ ਕਿਸਮਤ ਦਾ ਮਾਰਿਆ ਤੇ ਕਿਸਮਤ ਦਾ ਹਾਰਿਆ ਬੰਦਾ ਹੀ ਕੋਈ ਨਹੀਂ। ਜਿਹਦੀ ਫਜਰ ਰਹਿ ਗਈ ਹੈ ਉਹਦਾ ਤੇ ਬੇੜਾ ਹੀ ਗੁੱਲ ਹੋ ਗਿਆ। ਹੁਣ ਸਾਰੀ ਸਾਰੀ ਰਾਤ ਫੇਸਬੁੱਕਾਂ ਦੇ ਲੱਗੇ ਰਹਿੰਦੇ ਆ, ਲੇਕਿਨ ਫਜਰ ਦਾ ਸਾਨੂੰ ਟਾਈਮ ਹੀ ਨਹੀਂ ਲੱਗ। ਨਬੀ ਅਲੈਹਿ ਸਲਾਮ ਨੇ ਫਰਮਾਇਆ ਫਿਰ ਇਹਦੀ ਕਬਰ ਨੂੰ ਇਸ ਤਰ੍ਹਾਂ, ਇੱਧਰ ਮੇਰੇ ਵੱਲ ਵੇਖੋ, ਇਸ ਤਰ੍ਹਾਂ ਦੋਵੇਂ ਹੱਥ ਆਪਣੇ ਉਂਗਲਾਂ ਦਾਖਲ, ਇਹਦੀਆਂ ਸੱਜੀਆਂ ਪਸਲੀਆਂ ਖੱਬੇ ਪਾਸੇ ਤੇ ਖੱਬੀਆਂ ਸੱਜੇ ਪਾਸੇ, ਤੇ ਇਹਦੀ ਕਬਰ 'ਚ ਦਰਵਾਜ਼ਾ ਖੋਲ ਦਿੱਤਾ ਜਾਂਦਾ ਜਹੰਨਮ ਦੀ ਅੱਗ ਦਾ। ਇਹ ਹੈ ਉਹ ਜਿਹੜਾ ਬੇਨਮਾਜ਼, ਪਰਲੇ ਦਰਜੇ ਦਾ ਬੇਨਮਾਜ਼। ਇੱਕ ਨਮਾਜ਼ੀ ਵੀ ਆਇਆ, ਨਮਾਜ਼ੀ ਜਦੋਂ ਕਬਰ 'ਚ ਆਉਂਦਾ ਨਾ, ਸਾਹਮਣੇ ਸੂਰਜ ਗਰੂਬ ਹੋ ਰਿਹਾ, ਜਿਸ ਟਾਈਮ ਵੀ ਦਫ਼ਨ ਹੁੰਦਾ, ਇਹਨੂੰ ਫਰਿਸ਼ਤੇ ਆਉਂਦੇ ਨੇ, ਉੱਠ ਬਈ, ਮਨ ਰੱਬੋ ਕਾ ਤੇਰਾ ਰੱਬ ਕੌਣ ਹੈ। ਆਂਦਾ ਰੱਬੀ ਅੱਲਾ, ਯਾਰ ਬਾਰੀ ਖੋਲ ਦੇ, ਤੇਰੀ ਮਿਹਰਬਾਨੀ ਬਾਰੀ ਖੋਲ ਦੇ, ਮੈਂ ਕਈ ਦਫ਼ਾ ਖਲਾਈ ਹੈ ਫਿਰ ਬੰਦ ਕਰ ਛੱਡਦੇ। ਪੁੱਛਿਆ ਜਾਂਦਾ ਮਨ ਨਬੀਓ ਕਾ, ਮਨ ਰੱਬੋ ਕਾ ਤੇਰਾ, ਆਂਦਾ ਰੱਬੀ ਅੱਲਾ, ਮਾ ਦੀਨੋ ਕਾ, ਤੇਰਾ ਦੀਨ ਕਿਹੜਾ, ਆਂਦਾ ਦੀਨੀ ਅਲ ਇਸਲਾਮ। ਪੁੱਛਿਆ ਜਾਂਦਾ ਮਨ ਨਬੀਓ ਕਾ, ਆਂਦਾ ਨਬੀ ਜੀ ਮੁਹੰਮਦ ਸੱਲੱਲਾ ਸੱਲਮ। ਜਦੋਂ ਇਹ ਕਬਰ 'ਚ ਆਉਂਦਾ ਗੱਲ ਨਿਕਲ ਗਈ, ਇੱਕ ਰਹਿ ਗਈ ਵਿੱਚ ਬੜੀਆਂ, ਸਾਹਮਣੇ ਸੂਰਜ ਗਰੂਬ ਹੋ ਰਿਹਾ, ਫਰਿਸ਼ਤਾ ਆਂਦਾ ਮਨ ਰੱਬੋ ਕਾ, ਆਂਦਾ ਯਾਰ ਠਹਿਰ ਜਾ, ਮੈਨੂੰ ਪਹਿਲੂ ਸੂਰਜ ਗਰੂਬ ਹੋ ਰਿਹਾ, ਮੈਨੂੰ ਅਸਰ ਦੀ ਨਮਾਜ਼ ਤੇ ਪੜ੍ਹ ਲੈਂਦੇ।
ਇਹ ਨਮਾਜ਼ੀ ਨੂੰ ਅਸਰ ਦੀ ਨਮਾਜ਼ ਦਾ ਫਿਕਰ ਜੇ ਅੱਲਾ ਦੇ ਨੇ ਹੁਣ ਨਮਾਜ਼ ਪੜ੍ਹਨ ਦੇ ਵੇਲੇ ਖਤਮ ਹੋ ਗਏ, ਹੁਣ ਤੇ ਅਜਰ ਲੈਣ ਦੇ ਵੇਲੇ ਸ਼ੁਰੂ ਹੋ ਗਏ ਨੇ ਨਾ, ਅਜਰ ਲੈਣ ਦੇ ਵੇਲੇ ਸ਼ੁਰੂ। ਕਬਰ ਨੂੰ ਉਡੀਕਾਂ ਰੋਜ਼ ਰਹਿੰਦੀਆਂ ਨੇ ਤੇਰੀਆਂ, ਮੌਤ ਘਰ ਤੇਰੇ ਰੋਜ਼ ਮਾਰਦੀਏ ਫੇਰੀਆਂ। ਕਬਰ ਨੂੰ ਉਡੀਕਾਂ ਰੋਜ਼, ਕਬਰ ਕੀ ਆ, ਕੱਲਾ ਇੱਥੇ ਆਏ ਤੇ ਕੱਲਾ ਇੱਥੋਂ ਜਾਣਾ ਈ, ਤੀਆਂ ਪੁੱਤਾਂ ਤੇਰਿਆਂ ਨਾ ਕੰਮ ਤੇਰੇ ਆਣਾ ਈ, ਜਿਨ੍ਹਾਂ ਲਈ ਤੂੰ ਰਾਤੀ ਦਿਨੇ ਕਰੇ ਹੇਰਾ ਫੇਰੀਆਂ। ਕਬਰ ਨੂੰ ਉਡੀਕਾਂ ਰੋਜ਼, ਗੱਲ ਬੜੀ ਪਿਆਰੀ ਜੇ ਤਵੱਜੋ ਹੈ ਮੇਰੇ ਵੱਲ, ਬਿਜਲੀ ਦਾ ਇਹ ਸਿਲਸਿਲਾ ਰਹਿਣਾ, ਇਹਦੇ ਵੱਲ ਧਿਆਨ ਨਾ ਕਰੋ, ਇਹ ਆਉਂਦੀ ਰਹਿਣੀ ਹੈ ਤੇ ਜਾਂਦੀ ਰਹਿਣੀ ਹੈ, ਬੰਦ ਹੁੰਦਾ ਰਹਿਣਾ, ਸਪੀਕਰ ਬੰਦ ਹੋ ਗਿਆ। ਆਪਣਾ ਭਰੋਸਾ ਨੀ ਊ ਤੇਰਾ ਕੜੀ ਪਲ ਦਾ, ਕਰਨਾ ਏ ਮਾਨ ਭਲਾ ਦੱਸ ਕਿਹੜੀ ਗੱਲ ਦਾ, ਤੇਰੀਆਂ ਤੇ ਸਾਵਾਂ ਵੀ ਨਹੀਂ ਬੰਦਿਆ ਏ ਤੇਰੀਆਂ ਹੈ ਜੇ, ਮਾਨ ਕਾਨੂੰ ਕਰਨਾ ਏ ਹੁਸਨ ਦੀ ਜਵਾਨੀ ਦਾ, ਜ਼ਿੰਦਗੀ ਏ ਤੇਰੀ ਜਿਵੇਂ ਬੁਲਬੁਲਾਏ ਪਾਣੀ ਦਾ, ਖਤਮ ਕਰ ਜਾਣਾ ਤੈਨੂੰ ਮੌਤ ਦੀਆਂ ਨੇਰੀਆਂ। ਬੰਦੇ ਦੀ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਪਾਣੀ ਦਾ ਬੁਲਬੁਲਾ, ਬੁਲਬੁਲਾ ਕਿੰਨੀ ਦੇਰ ਰਹਿੰਦਾ ਬੋਲੋ, ਉਹਦੀ ਲਿਮਿਟ ਕਿੰਨੀ ਹੈ, ਹੈ ਕੋਈ 2600 ਸਾਲ ਨਹੀਂ ਹੈ, ਬਸ ਜ਼ਿੰਦਗੀ ਵੀ ਇਨਸਾਨ ਦੀ ਇੰਨੀ ਕੁ ਹੈ। ਉੱਡ ਜਾਣਾ ਪੰਛੀ ਜਿਹੜਾ ਤੇਰੇ ਵਿੱਚ ਬੋਲਦਾ, ਕੌਡੀ ਵੀ ਨਹੀਂ ਮੁੱਲ ਰਹਿਣਾ ਫਿਰ ਖਾਲੀ ਖੋਲਦਾ, ਖਤਮ ਹੋ ਜਾਣੀਆਂ ਨੇ ਸ਼ਾਨਾ ਇਹ ਉਚੇਰੀਆਂ। ਇਹ ਜੀ ਹਕੀਕਤ, ਭਲਾ ਤੇਥੋਂ ਨਹੀਂ ਹੁੰਦਾ ਤੇ ਬੁਰਾ ਵੀ ਨਾ ਕਰ ਤੂੰ, ਬਦੀਆਂ ਦੇ ਨਾਲ ਆਪਣੀ ਝੋਲੀ ਨਾ ਭਰ ਤੂੰ, ਸੱਚੀਆਂ ਨੇ ਸਭੇ ਗੱਲਾਂ ਪਸਰੂਰੀ ਏ ਤੇਰੀਆਂ। ਅੱਲਾ ਤਾਲਾ ਅਮਲ ਦੀ ਤੋਫੀਕ ਦੇ, ਵਾਖਿਰ ਦਾਵਾ।